ਸੁਣ ਰਹੇ ਹੋ ਜੀ ਰੇਡੀਓ ਹਾਂਜੀ 1674 AM ਦੋਸਤੋ, ਮੈਂ ਗੁਰਜੋਤ ਸਿੰਘ ਸੋਢੀ ਅਤੇ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦਾ ਰੇਡੀਓ ਹਾਂਜੀ 1674 AM ਦੇ ਉੱਤੇ 1674 AM। ਗੱਲਾਂ ਬਾਤਾਂ ਅੱਜ ਕੁਝ ਖਾਸ ਨੇ, ਕਿਉਂਕਿ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਤੁਸੀਂ ਸੋਹਣੇ ਕਿਵੇਂ ਹੋ ਸਕਦੇ ਹੋ, ਕਿਵੇਂ ਵਧੀਆ ਕਿਵੇਂ ਬਣ ਸਕਦੇ। ਹੁਣ ਤੁਸੀਂ ਸੋਚੋਗੇ ਕਿ ਇਹ ਕੋਈ ਡਾਇਟਿੰਗ ਦੇ ਬਾਰੇ ਦੱਸਣਗੇ ਜਾਂ ਫਿਰ ਇਹ ਸਾਨੂੰ ਕੁਝ ਦੱਸਣਗੇ ਕਿ ਕਿਹੜੇ ਕਿਹੜੇ ਪ੍ਰੋਡਕਟ ਯੂਜ਼ ਕਰਨੇ ਆ। ਨਹੀਂ ਯਾਰ, ਇੱਦਾਂ ਦਾ ਕੁਛ ਨਹੀਂ ਆ, ਤੁਸੀਂ ਕਰਨਾ ਕੁਝ ਨਹੀਂ ਆ, ਤੁਸੀਂ ਇੰਡੀਆ ਜਾਣਾ ਆ ਅਤੇ ਇੰਡੀਆ ਜਾ ਕੇ ਤੁਸੀਂ ਸੁਣੇ ਹੋ ਜਾਣਾ। ਫਨੀ ਐਕਚੁਅਲੀ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ ਜੀ, ਸਿਮਰਤ ਜੀ ਮੇਰੇ ਨਾਲ ਨੇ ਵਾਈਬਰਸਨ, ਸੋ ਵਾਈਬਰਸਨ ਸਲੂਨ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਖੁੱਲ੍ਹਾ, ਔਰ ਇਹਨਾਂ ਦਾ ਦਾਅਵਾ ਇਹ ਆ ਕਿ ਅਗਰ ਤੁਸੀਂ ਸਾਡੇ ਸਲੂਨ ਦੇ ਵਿੱਚ ਆਉਂਦੇ ਹੋ ਤਾਂ ਫਿਰ ਬਈ ਤੁਹਾਨੂੰ ਸੋਹਣੇ ਸੁਨੱਖੇ ਬਣਾ ਕੇ ਵਧੀਆ ਜਿਹਾ ਮੇਕਅਪ ਕਰਕੇ ਤੁਹਾਨੂੰ ਇਸ ਤਰੀਕੇ ਦੇ ਨਾਲ ਬਾਹਰ ਭੇਜਾਂਗੇ ਕਿ ਇੱਕ ਚੀਜ਼ ਜ਼ਰੂਰ ਲੱਗੇਗੀ ਕਿ ਹਾਂ ਵਾਕਈ ਇਹ ਬਾਹਰੋਂ ਆਏ ਨੇ। ਹੋ ਸਕਦਾ ਸ਼ਿਫਟਾਂ ਦੇ ਵਿੱਚ ਮੱਤ ਮਾਰੀ ਆ ਅਤੇ ਨਾ ਪਤਾ ਲੱਗ ਰਿਹਾ ਹੋਵੇ ਕਿ ਤੁਸੀਂ ਬਾਹਰੋਂ ਗਏ ਹੋ ਜਾਂ ਨਹੀਂ ਹੋਏ ਗਏ ਹੋ। ਖੈਰ ਮੇਰੀਆਂ ਬਹੁਤੀਆਂ ਗੱਲਾਂ ਬਾਤਾਂ ਨਹੀਂ, ਸਿਮਰਤ ਜੀ ਮੇਰੇ ਨਾਲ ਆ, ਆਪਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਸਿਮਰਤ ਜੀ ਵੈਲਕਮ ਟੂ ਰੇਡੀਓ ਹਾਂਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਜੀ ਹਾਂ ਜੀ, ਤੁਹਾਡਾ ਇੱਕ ਵਾਰੀ ਰੇਡੀਓ ਹਾਂਜੀ ਦੇ ਉੱਤੇ ਪਹਿਲੀ ਵਾਰੀ ਆਪਾਂ ਗੱਲਬਾਤ ਕਰ ਰਹੇ ਹਾਂ, ਥੈਂਕ ਯੂ ਵੈਰੀ ਮੱਚ। ਥੈਂਕ ਯੂ ਟੂ ਜੀ। ਸਿਮਰਤ ਜੀ, ਇਹ ਆਈਡੀਆ ਸੋ ਵਾਈਬਰਸਨ ਸਲੂਨ ਹੈ ਨਾ, ਮੈਨੂੰ ਲੱਗਦਾ ਕਿ ਓਬਵੀਅਸਲੀ ਤੁਸੀਂ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਇੰਡੀਆ ਤੋਂ ਫਿਰ ਆਸਟ੍ਰੇਲੀਆ ਦੇ ਵਿੱਚ ਆਏ, ਥੋੜ੍ਹਾ ਜਿਹਾ ਜਿਵੇਂ ਤੁਹਾਡੀ ਬੈਕਗਰਾਊਂਡ ਦੇ ਬਾਰੇ ਕਿ ਤੁਹਾਡਾ ਵਾਈਬਰਸਨ ਜਿਹੜਾ ਇਹ ਬ੍ਰਾਂਡ ਆ ਇਹਦੇ ਨਾਲ ਕਿਵੇਂ ਤੁਹਾਡਾ ਵਾ ਵਾਸਤਾ ਪਿਆ? ਤਾਂ ਵਾਈਬਰਸਨ ਮੈਂ ਯੂਜ਼ ਕਰਦੀ ਹੁੰਦੀ ਸੀਗੀ ਫੋਰ ਬੈਕ ਪੇਨ ਬੇਸਿਕਲੀ। ਤਾਂ ਮੇਰੀ ਜੋਬ ਇੱਦਾਂ ਦੀ ਸੀਗੀ ਕਿ ਮੈਨੂੰ ਬਹੁਤ ਇਸ਼ੂਜ਼ ਹੋ ਗਏ ਸੀਗੇ ਬੈਕ ਪੇਨ ਕਰਕੇ, ਐਂਡ ਵਾਂਸ ਆਈ ਸਟਾਰਟਡ ਟੇਕਿੰਗ ਦ ਸੈਸ਼ਨਸ ਆਫ ਵਾਈਬਰਸਨ, ਜਿਹੜੀ ਬੇਸਿਕਲੀ ਕਿ ਸਾਡੀ ਇੱਕ ਯੂਨੀਕ ਮਸ਼ੀਨ ਹੈ ਜਿਹੜੀ ਇੰਟਰਨੈਸ਼ਨਲੀ ਇੰਪੋਰਟ ਕੀਤੀ ਗਈ ਹੈ ਇੰਡੀਆ ਦੇ ਵਿੱਚ ਵੈਰੀ ਫੋਰ ਦ ਵੈਰੀ ਫਸਟ ਟਾਈਮ, ਤਾਂ ਉਹਦੇ ਬੈਨੀਫਿਟਸ ਵਰ ਅਮੇਜ਼ਿੰਗ, ਐਂਡ ਦੈਟਸ ਵੇਅਰ ਦੀ ਆਈਡੀਆ ਕੇਮ ਫਰੋਮ ਕਿ ਇਸ ਚੀਜ਼ ਨੂੰ ਇੰਡੀਆ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਬਿਕੋਜ਼ ਇੰਡੀਆ ਦੇ ਵਿੱਚ ਇਹਦੇ ਨਾਲ ਦਾ ਪ੍ਰੋਡਕਟ ਅਵੇਲੇਬਲ ਹੀ ਨਹੀਂ ਹੈ। ਸੋ ਆਈ ਵਾਂਟਡ ਟੂ ਕੰਬਾਈਨ ਦ ਬਿਊਟੀ ਐਂਡ ਹੇਅਰ ਸਰਵਿਸਿਸ because it was complementing the wellness side of things with Vibrosan, ta utthon jehda ki mera Vibrosan brand hai oh originate hoya and pehla store Amritsar de vich launch kita gaya। kya baat hai, aur ede naal naal tuhanu dassde ji agar tode man ch excitement ji hun ban gayi hove te address note kar lo SCO yani ke shop kam jehde flats hunde hai complex hunde maafi jana SCO hun chir ho gaya Ranjit Avenue chhadya nu par bhulle nahi hai B block de vich Ranjit Avenue near Vishal Mega Mart inna di shop hai 117 number hai note down kar lo वैसे tuhanu dooron hi Vibrosan saloon jehda likhya mil jaugaso exactly hunda ki hai ithe। ਸੋ ਜਿਹੜਾ ਸਾਡਾ ਯੂਨੀਕ ਪ੍ਰੋਡਕਟ ਹੈਗਾ ਵਾਈਬਰਸਨ, ਇਹ ਇੱਕ ਮਸ਼ੀਨ ਹੈ ਜਿਹਦੇ ਵਿੱਚ ਕਿ ਤੁਸੀਂ ਲੇਟ ਜਾਂਦੇ ਹੋ ਐਂਡ ਇਟ ਸਿਮੂਲੇਟਸ ਐਕਸਰਸਾਈਜ਼। ਤਾਂ ਇੱਕ 45 ਮਿੰਟ ਦਾ ਸੈਸ਼ਨ ਜਿਹੜਾ ਇਸ ਮਸ਼ੀਨ ਦੇ ਵਿੱਚ ਹੈ ਉਹ 5 ਕਿਲੋਮੀਟਰ ਦੀ ਜੋਗ ਦੇ ਬਰਾਬਰ ਹੈ। ਸੋ ਜਸਟ ਲਾਈਕ ਵੈਨ ਯੂ ਐਕਸਰਸਾਈਜ਼ ਤੁਹਾਡੇ ਬਲੱਡ ਦੀ ਸਰਕੂਲੇਸ਼ਨ ਹੋ ਰਹੀ ਹੁੰਦੀ ਹੈ ਐਂਡ ਤੁਹਾਡਾ ਹਾਰਟ ਰੇਟ ਇਨਕਰੀਜ਼ ਹੁੰਦਾ ਹੈ, ਇਹ ਮਸ਼ੀਨ ਐਗਜੈਕਟਲੀ ਦ ਸੇਮ ਥਿੰਗ ਕਰਦੀ ਹੈ। ਬਟ ਆਲ ਯੂ ਹੈਵ ਟੂ ਡੂ ਇਜ਼ ਲਾਈ ਇਨ ਇਟ and you don't have to do anything basically। is therapy de naal tusi apniyan calories hi shed nahi karde but it also detoxifies your body also, ta jehda blood tode kidneys de through circulate ho reha hai session lene to baad jo tusi urine pass karoge ta tuhanu lactic acid uric acid tuhade urine de through bhi remove ho jayega, so you basically detoxifying your body also। not just this, it is very very good therapy for people jinanu ki arthritis di problem hai ya back pains di issue hai ga jidda ki mainu siga fibromyalgia di problem hegi hai diabetes di problem hegi hai and above all insomniacs jinanu ki neend di problem hai is product utte research kiti gayi sigi in America and it is a proven therapy for insomniacs also, so it is very very good for relaxation ji। so jinniyan vi gallan apan dass rahe ha ik cheez te mainu lag rahi hai ki obviously ki tuhadi sehat jehdi hai theek karde par simrat itthe ik sawal banda hai sure ki aam taur de utte sanu eh gal kahi jandi hai ki yoga ya exercise walking te fir vibration machine hi kyon? Because ਯੋਗਾ ਐਕਸਰਸਾਈਜ਼ ਵਿੱਚ ਤੁਹਾਨੂੰ ਫਿਰ ਵੀ ਫਿਜ਼ੀਕਲ ਐਫਰਟ ਕਰਨਾ ਪੈਂਦਾ ਹੈ, ਵੇਅਰ ਐਜ਼ ਵਾਈਬਰੋਸਨ ਮਸ਼ੀਨ ਦੇ ਵਿੱਚ ਤੁਸੀਂ ਸਿੰਪਲੀ ਲੇਟ ਕੇ ਰਿਲੈਕਸ ਕਰ ਰਹੇ ਹੋ ਤੇ ਤੁਹਾਡੀ ਬਾਡੀ ਐਕਸਰਸਾਈਜ਼ ਕਰ ਰਹੀ ਹੈ, ਦੈਟ ਸਿੰਪਲ। ਮੈਨੂੰ ਇੱਕ ਚੀਜ਼ ਹੋਰ ਲੱਗਦੀ ਹੈ ਕਿ ਇੰਡੀਆ ਕਿਹੜਾ ਤੁਹਾਡੇ ਕੋਲ ਟਾਈਮ ਹੋਣਾ ਭੱਜਣ ਭੱਜਣ ਦਾ, ਗਏ ਉੱਥੇ ਤੇ ਨਾਲ ਦੀ ਨਾਲ ਕੈਲਰੀਜ਼ ਵੀ ਬਰਨ ਖਾ ਪੀ ਕੇ ਨਾਲੇ ਉੱਥੇ ਗੇੜਾ ਕੱਢ ਆਏ ਨਾਲੇ ਕੈਲਰੀਜ਼ ਬਰਨ ਕਰ ਆਏ। ਐਂਡ ਸੋਰੀ ਮੈਂ ਆਮ ਇੰਟਰਪਟਿੰਗ ਹੇਅਰ ਬਟ ਇਟ ਆਲਸੋ ਜਿਹੜਾ ਵਾਈਬ੍ਰੇਟਿੰਗ ਬੈੱਡ ਹੈਗਾ ਇਸ ਮਸ਼ੀਨ ਦੇ ਵਿੱਚ ਉਹ
ਤੁਹਾਨੂੰ ਇੱਦਾਂ ਵਾਈਬ੍ਰੇਸ਼ਨ ਦਿੰਦਾ ਹੈ ਕਿ ਜਿੱਦਾਂ ਤੁਹਾਡੀ ਬੋਡੀ ਨੂੰ ਮਸਾਜ ਹੋ ਰਹੀ ਹੈ. ਸੋ ਦੈਟ ਇਜ਼ ਵੇਅਰ ਆਈ ਸੇ ਇਟ ਇਜ਼ ਵੈਰੀ ਵੈਰੀ ਗੁੱਡ ਫੋਰ ਰਿਲੈਕਸੇਸ਼ਨ ਆਲਸੋ, ਜਿੱਥੇ ਕਿ ਆਪਾਂ ਕਹਿੰਦੇ ਕਿ ਇਨਸੋਮਨੀਆਕਸ ਨੂੰ ਟ੍ਰੀਟ ਕਰਦੀ ਹੈ. ਸੋ ਦੈਟ ਇਜ਼ ਦ ਹੋਲ ਯੂ ਨੋ ਰੀਜ਼ਨ. ਸਲੂਨ ਇਹਦੇ ਨਾਲ ਤੇ ਨਹੀਂ ਬਣਦਾ ਮੈਨੂੰ ਤਾਂ ਲੱਗਦਾ, ਉਦਾਂ ਤੁਸੀਂ ਇਹਦੀ ਪਰਚੀ ਲਾ ਦਿੰਦੇ ਤੇ ਲੋਕਾਂ ਨੂੰ ਉਦਾਂ ਭੱਜੇ ਹੋਣਾ ਸੀਗਾ. ਸੀ ਫਿਟ ਰਹਿਣਾ ਇਜ਼ a different thing and yeah. then sone dikhna onu bahut compliment karda hai, right? Nice, nice. So that is where I wanted to bring the two things together taaki jehda ek person walk in kar raha hai Vibrosound store de vich oh vadhiya you know fit dikhe hi nahi but sona vi dikh ke jave, let's put it that way. So matlab eh hai ki tusi na sirf utthe ja ke fit ho sakde ho par tusi sone vi dikhoge. Main sone de utte thoda ja zyada jehda zor dunga itthe theek hai kyunki hunda ਜ਼ਿਆਦਾਤਰ ਸਿਮਰ ਜੀ ਕਿ ਲੋਕ ਇੱਥੋਂ ਸੈਲਡ ਖਾ ਕੇ ਥੋੜ੍ਹੇ ਪਤਲੇ ਹੋ ਕੇ ਜਾਂਦੇ ਆ, ਹੁਣ ਪਿੱਛੇ ਰਹਿ ਜਾਂਦਾ ਹੈ ਕਿ ਮੈਂ ਸੋਹਣਾ ਕਿਵੇਂ ਲੱਗਾਂ, ਚਾਹੇ ਉਹ ਲੇਡੀਜ਼ ਆ ਚਾਹੇ ਉਹ ਸਾਡੇ ਜੈਂਟਸ ਆ. ਲੇਡੀਜ਼ ਦੀ ਖਾਸ ਕਰਕੇ ਮੈਂ ਤੁਹਾਡੇ ਕੋਲ ਫੈਸਿਲਿਟੀਜ਼ ਜਾਣਨ ਦੀ ਕੋਸ਼ਿਸ਼ ਕਰਾਂ ਕਿ ਕਿਹੜੀਆਂ ਕਿਹੜੀਆਂ ਫੈਸਿਲਿਟੀਜ਼ ਤੁਸੀਂ ਆਪਣੇ ਸਲੂਨ 'ਚ ਪ੍ਰੋਵਾਈਡ ਕਰ ਰਹੇ ਹੋ ਇਸ ਵਕਤ. ਤਾਂ ਲੇਡੀਜ਼ ਦੀਆਂ ਸਾਰੀਆਂ ਹੇਅਰ ਸਰਵਿਸਿਜ਼, ਬੋਡੀ ਸਰਵਿਸਿਜ਼ ਜਿੱਦਾਂ ਕਿ ਫੇਸ਼ੀਅਲਸ, ਮੈਨੀਕਿਓਰ, ਪੈਡੀਕਿਓਰ, ਬੋਡੀ ਮਸਾਜ, ਮੇਕਅਪ, ਐਵਰੀਥਿੰਗ ਇਜ਼ ਪ੍ਰੋਵਾਈਡਡ ਐਟ ਵਾਈਬ੍ਰੋਸੌਨ ਜੀ. ਸੋ ਬੜਾ ਈਜ਼ੀ ਹੈ ਜੀ. ਤੁਸੀਂ ਕਰਨਾ ਕੀ ਹੈ ਕਿ ਤੁਸੀਂ ਅੰਮ੍ਰਿਤਸਰ ਦੀ ਟਿਕਟ ਲੈਣੀ ਆ, ਇੱਥੋਂ ਹਵਾਈ ਜਹਾਜ਼ ਦੀ ਅੰਮ੍ਰਿਤਸਰ ਉਤਰਨਾ ਆ, ਅਤੇ ਉਤਰ ਕੇ ਸੋਹਣੇ ਸਾਹਣੇ ਬਣ ਕੇ ਜਿਹੜਾ ਅੱਗੇ ਆਪੋ ਆਪਣੇ ਇਲਾਕਿਆਂ ਨੂੰ ਜਾਣਾ, ਚਾਹੇ ਗੁਰਦਾਸਪੁਰ ਹੋ, ਚਾਹੇ ਪਠਾਨਕੋਟ ਹੋ, ਚਾਹੇ ਜਲੰਧਰ ਹੋ, ਜੇ ਕਿਤੇ ਵੀ ਹੋ. ਸੋ ਅੰਮ੍ਰਿਤਸਰ ਦੇ ਵਿੱਚ ਬੇਸਿਕਲੀ ਇਸ ਵਕਤ ਇਹਨਾਂ ਦੀ ਪਹਿਲੀ ਜਿਹੜੀ ਆ ਮੇਨ ਜਿਹੜਾ ਇਹਨਾਂ ਨੇ ਸਲੂਨ ਖੋਲਿਆ. ਉਸ ਤੋਂ ਬਾਅਦ ਵਾਈਬ੍ਰੋਸੌਨ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਹੋਰ ਵੀ ਜਿਹੜਾ ਆ ਆਉਣ ਜਾ ਰਿਹਾ. ਫਿਰ ਵੀ ਇੱਕ ਸਵਾਲ ਹਮੇਸ਼ਾ ਸਿਮਤ ਬਣਦਾ ਹੈ ਕਿ ਬਾਕੀਆਂ ਨਾਲੋਂ ਤੁਸੀਂ ਕੀ ਵੱਖਰਾ ਦੇ ਰਹੇ ਹੋ ਨਾ. ਸੋ ਬੜੇ ਸਾਰੇ ਨੇ, ਮੈਂ ਇੰਡੀਆ ਜਾਂਦੇ ਹਾਂ ਤਾਂ ਬੜੇ ਵੱਡੇ ਵੱਡੇ ਨਾਂ ਨੇ, ਤੁਹਾਡੇ ਕੋਲ ਚਾਰਜਿਸ ਵੀ ਇਸ ਹਿਸਾਬ ਦੇ ਨਾਲ ਕੀਤੇ ਜਾਂਦੇ ਕਿ ਲਾਈਕ $100 ਨੀਅਰਲੀ $100 ਟੂ ਆਸਟ੍ਰੇਲੀਅਨ. ਡੈਫੀਨੇਟਲੀ ਡੈਫੀਨੇਟਲੀ. ਸੋ ਜਿਹੜਾ ਸਾਡਾ ਸਭ ਤੋਂ ਯੂਨੀਕ ਸੈਲਿੰਗ ਪੁਆਇੰਟ ਹੈਗਾ ਉਹ ਤਾਂ ਵਾਈਬ੍ਰੋਸੌਨ ਹੈ ਹੀ ਹੈ. ਮਸ਼ੀਨ ਹੈਗੀ ਹੈ ਜਿਹੜੀ ਮਤਲਬ ਕਿ ਅਵੇਲੇਬਲ ਇੰਡੀਆ ਦੇ ਵਿੱਚ ਕਿਤੇ ਹੋਰ ਨਹੀਂ ਹੈਗੀ. ਸੈਕਿੰਡਲੀ ਜਿਹੜਾ ਸਟਾਫ ਦਾ ਪ੍ਰੋਫੈਸ਼ਨਲਿਜ਼ਮ ਹੈ, ਜਿਹੜਾ ਕਿ ਇੱਕ NRI ਕਲਾਇੰਟਲ ਜਾਂ ਫਿਰ ਇਲੀਟ ਕਲਾਇੰਟਲ ਐਕਸਪੈਕਟ ਕਰਦਾ ਹੈ ਯੂ ਨੋ 5-star ਸਲੋਨ ਤੋਂ, ਦੈਟ ਵਿਲ ਬੀ ਐਕਸਪੀਰੀਅੰਸਡ ਬਾਏ ਆਰ ਕਲਾਇੰਟਸ. ਥਰਡਲੀ ਜਿਹੜਾ ਐਕਸਪੀਰੀਅੰਸ ਹੈ ਸਟਾਫ ਦਾ, ਦ ਸਟਾਫ ਹੈਜ਼ ਬਿਨ ਇੰਟਰਨੈਸ਼ਨਲੀ ਟ੍ਰੇਨਡ, ਸਮ ਆਫ ਦੈਮ ਹੈਵ ਬਿਨ ਇੰਟਰਨੈਸ਼ਨਲੀ ਟ੍ਰੇਨਡ, ਦੀ ਅਦਰਸ ਹੈਵ ਕਮ ਫਰੋਮ ਡੈਲੀ, ਮੁੰਬਈ, ਗੁਜਰਾਤ, ਤਾਂ ਇੱਦਾਂ ਦੇ ਮਤਲਬ ਕਿ ਰੀਜਨਸ ਇੰਡੀਆ ਦੇ ਤੋਂ ਕੰਮ ਕਰਕੇ ਆਇਆ ਹੈ ਸਟਾਫ ਅੰਮ੍ਰਿਤਸਰ ਦੇ ਵਿੱਚ ਫੋਰ ਦਾ ਵੈਰੀ ਫਸਟ ਟਾਈਮ. ਤਾਂ ਉਹਨਾਂ ਦਾ ਕੰਬਾਈਨਡ ਐਕਸਪੀਰੀਅੰਸ, ਬਿਊਟੀ ਆਰਟਿਸਟ ਜਿਹੜੀਆਂ ਹੈਗੀਆਂ, ਮੇਕਅਪ ਆਰਟਿਸਟ ਉਹਨਾਂ ਦਾ ਕੰਬਾਈਨ ਐਕਸਪੀਰੀਅੰਸ ਜੇ ਮੈਂ ਕਹਾਂ, ਦੈਨ ਆਲ ਹੈਵ ਅ ਕੰਬਾਈਨਡ ਐਕਸਪੀਰੀਅੰਸ ਆਫ ਓਵਰ 50 years. ਸੋ ਦੈਟ ਇਜ਼ ਹਾਊ ਟ੍ਰੇਨਡ ਐਂਡ ਐਕਸਪੀਰੀਅੰਸਡ ਆਰ ਸਟਾਫ ਇਜ਼. ਉਸ ਤੋਂ ਬਾਅਦ ਜਿਹੜੀ ਇੱਕ ਚੀਜ਼ ਮੈਂ ਬਹੁਤ ਮਿਸ ਕੀਤੀ ਹੈ ਇੰਡੀਆ ਦੇ ਵਿੱਚ, ਦੈਟ ਇਜ਼ ਦੀ ਹਾਈਜੀਨ. ਮਤਲਬ ਹਾਈਜੀਨ ਦਾ ਕੋਨਸੈਪਟ ਇਜ਼ ਨੋਟ ਵੈਰੀ ਯੂ ਨੋ ਪੋਪੂਲਰ, ਜਾਂ ਫਿਰ ਇਜ਼ ਨੋਟ ਵੈਰੀ ਵੈਲ ਕੈਰਿਡ ਆਊਟ ਇਨ ਇੰਡੀਆ. ਤਾਂ ਸਾਰਾ ਸਟਾਫ ਇਸ ਤਰ੍ਹਾਂ ਨਾਲ ਟ੍ਰੇਨਡ ਹੈ ਕਿ ਜੇ ਉਹ ਤੁਹਾਡੇ ਫੇਸ ਦੇ ਉੱਤੇ ਫੇਸ਼ੀਅਲ ਕਰ ਰਹੇ ਨੇ ਜਾਂ ਤੁਹਾਡੇ ਕੋਈ ਹੇਅਰ ਸਰਵਿਸ ਕਰ ਰਹੇ ਨੇ, ਦੇ ਟਚਿੰਗ ਯੋਰ ਸਕੈਲਪ, ਤਾਂ ਦੇ ਹੈਵ ਟੂ ਪਰਫੋਰਮ ਅ ਹੈਂਡ ਹਾਈਜੀਨ ਫਸਟ. ਤਾਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਇੰਡੀਆ ਵਿੱਚ ਬਹੁਤ ਮਿਸਿੰਗ ਨੇ, ਉਹਨਾਂ 'ਤੇ ਅਸੀਂ ਖਾਸ ਧਿਆਨ ਦਿੱਤਾ, ਜਿਹੜਾ ਕਿ ਤੁਹਾਨੂੰ ਦੂਸਰੇ ਸਲੋਨਸ ਦੇ ਵਿੱਚ ਸ਼ਾਇਦ ਨਹੀਂ ਮਿਲਣਗੀਆਂ ਜੀ. ਇਸ ਤੋਂ ਇਲਾਵਾ ਓਬਵੀਅਸਲੀ ਆਪਾਂ ਜਾਂਦੇ ਹਾਂ, ਵੇਟ ਕਰਦੇ ਹਾਂ, ਅਤੇ ਮੈਨੂੰ ਲੱਗਦਾ ਉਹਦੇ ਵਿੱਚ ਵੀ ਕੁਛ ਨਾ ਕੁਛ ਖਾਸ ਤੁਸੀਂ ਕੀਤਾ ਹੋਊਗਾ, ਜਿਵੇਂ ਮੰਨ ਲਓ ਕਿ ਜਿਵੇਂ ਆਪਾਂ ਜਾ ਰਹੇ ਹਾਂ ਵੇਟਿੰਗ ਥੋੜ੍ਹੀ ਬਹੁਤ ਕਰਨੀ ਪੈਂਦੀ ਹੈ ਨਾ. ਹਾਂਜੀ, ਇਨ ਬਿਟਵੀਨ ਤੁਹਾਨੂੰ ਹਮੇਸ਼ਾ ਲੱਗਦਾ ਕਿ ਕੁਛ ਵਧੀਆ ਜਗ੍ਹਾ ਬਣੀ ਹੋਵੇ ਇੱਥੇ, ਜਿਹੜੇ ਲਾਂਚ ਲੱਗਾ ਹੋਵੇ, ਕੁਛ ਉਸ ਤਰ੍ਹਾਂ ਦਾ ਵੀ ਹੈ ਸਿਸਟਮ? ਐਗਜੈਕਟਲੀ. ਉਸ 'ਤੇ ਐਂਬੀਅੰਸ ਉੱਤੇ ਜਿਹੜਾ ਸੀ ਅਸੀਂ ਖਾਸ ਧਿਆਨ ਇਸੇ ਕਰਕੇ ਦਿੱਤਾ ਸੀਗਾ ਕਿਉਂਕਿ ਵੀ ਵਰ ਗੋਇੰਗ ਟੂ ਯੂ ਨੋ ਪ੍ਰੋਵਾਈਡ ਦ ਸਰਵਿਸਿਜ਼ ਟੂ ਦੀ ਇਲੀਟ ਕਲਾਇੰਟੈਲ ਜਾਂ ਫਿਰ ਜਿਹੜਾ ਕਿ NRI ਕਲਾਇੰਟੈਲ ਹੈਗਾ. ਤਾਂ ਜਿਹੜੇ ਫਰਨੀਚਰ ਫਿਕਸਚਰਸ ਦੇ ਆਰ ਇਟਾਲੀਅਨ, ਸੋ ਯੂ ਵਿਲ ਫੀਲ ਲਾਈਕ ਯੂ ਆਰ ਸਿਟਿੰਗ ਇਨ ਅ ਵੈਰੀ ਲਗਜ਼ੂਰੀਅਸ ਪਲੇਸ. ਸੋ ਉਹਦੀ ਐਂਬੀਅੰਸ ਇਸ ਤਰ੍ਹਾਂ ਦੀ ਕ੍ਰੀਏਟ ਕੀਤੀ ਗਈ ਹੈਗੀ ਹੈ. ਸੋ ਬਿਲਕੁਲ ਜੀ, ਤੁਸੀਂ ਜਾ ਸਕਦੇ ਹੋ. ਵੈਸੇ ਇੱਕ ਵਾਰੀ ਜਿਹੜਾ ਐਡਰੈਸ ਨੋਟ ਕਰ ਲਓ ਤੁਸੀਂ, 117 SCO 117 ਬੀ ਬਲੋਕ, ਰਣਜੀਤ ਐਵਨਿਊ, ਨੀਅਰ ਵਿਸ਼ਾਲ ਮੈਗਾਮਾਰਟ. ਫੋਨ ਨੰਬਰ ਇਹਨਾਂ ਦਾ 083, ਅਗਰ ਤੁਸੀਂ ਕੋਡ ਲਾਉਣਾ ਹੋਵੇ, ਅਤੇ ਨਾਲ ਦੀ ਨਾਲ 501-7746, ਜਾਨੀ ਕਿ ਜੇ ਆਪਾਂ ਇਹਨੂੰ ਪੰਜਾਬੀ 'ਚ ਕਰ ਦਈਏ ਤਾਂ 0183-50-17-74-6 ਇਹ ਨੰਬਰ ਆ ਜੀ, ਡਾਇਲ ਕਰ ਸਕਦੇ ਹੋ ਇੱਕ ਵਾਰੀ, ਅਪੁਆਇੰਟਮੈਂਟ ਜਿਹੜੀ ਆ ਬਣਾ ਕੇ ਜਾਇਓ, ਜ਼ਿਆਦਾ ਬੈਟਰ ਹੋਊਗਾ. ਇੰਨਾ ਕੁਛ ਤੁਸੀਂ ਦੇ ਰਹੇ ਹੋ, ਇਟੈਲੀਅਨ ਤੁਸੀਂ ਫਰਨੀਚਰ ਵੀ ਲਵਾਇਆ ਸਟਾਫ ਦੇ ਨਾਲ ਤੁਹਾਡਾ, ਜਿਹੜਾ ਮੈਂ ਜਿਵੇਂ ਤੁਸੀਂ ਦੱਸਿਆ ਕੋਈ ਡੁਬਈ ਤੋਂ ਆ, ਕੋਈ ਕਿਤੋਂ ਆ, ਅਤੇ ਓਬਵੀਅਸਲੀ ਕੋਸਟ ਜਿਹੜੀ ਆ ਬਹੁਤ ਮੈਟਰ ਕਰਦੀ ਹੋਊਗੀ ਨਾ. ਤੋ ਫਿਰ ਕੋਸਟ ਆਪਾਂ ਕਿੰਨੀ ਕੁ ਜ਼ਿਆਦਾ, ਸਾਡੇ ਜਿਹੜੇ ਸਰੋਤੇ ਇੱਥੋਂ ਜਾਣਗੇ ਤਾਂ ਉਹਨਾਂ ਨੂੰ ਕੋਸਟਿੰਗ ਕਿੰਨੀ ਕੁ ਪਊਗੀ? ਸੋ ਯੂ ਵਿਲ ਬੀ ਵੈਰੀ ਸਰਪ੍ਰਾਈਜ਼ਡ ਕਿ ਜਿਹੜੇ ਪ੍ਰਾਈਸਿਸ ਰੱਖੇ ਗਏ ਨੇ
ਉਹ ਬਹੁਤ ਹੀ ਜੈਨੂਇਨ ਰੱਖੇ ਗਏ ਨੇ। ਇਨਫੈਕਟ ਆਈ ਵੁੱਡ ਰੈਕਮੈਂਡ ਕਿ ਜਿਹੜਾ ਕਲਾਇੰਟਲ ਸਾਡਾ ਜਾ ਰਿਹਾ ਹੈਗਾ ਵਾਈਬ੍ਰੋਸੋਨ, ਉਹ ਆਪਣੀ ਰਿਸਰਚ ਕਰਕੇ ਜਾਵੇ, ਸਾਡੇ ਪ੍ਰਾਈਸਿਸ ਨੂੰ ਕੰਪੇਅਰ ਕਰੇ, ਐਂਡ ਦੇ ਵਿਲ ਡੈਫੀਨੇਟਲੀ ਫਾਈਂਡ ਅ ਡਿਫਰੈਂਸ ਆਫ 10-20% ਇਨ ਦ ਪ੍ਰਾਈਸਿਸ। ਸੋ ਡਿਸਪਾਈਟ ਆਫ ਪ੍ਰੋਵਾਈਡਿੰਗ ਦ ਬੈਸਟ ਕਸਟਮਰ ਸਰਵਿਸ, ਦ ਬੈਸਟ ਪ੍ਰੋਫੈਸ਼ਨਲਿਜ਼ਮ, ਦ ਬੈਸਟ ਹਾਈਜੀਨ, ਓਰਿਜਨਲ ਪ੍ਰੋਡਕਟਸ, ਦੈਟ ਇਜ਼ ਅਨਦਰ ਥਿੰਗ ਆਈ ਵਾਂਟਡ ਟੂ ਮੈਂਸ਼ਨ ਕਿ ਕਈ ਅੱਛੇ ਸਲੋਨਸ ਨੇ, ਬਟ the feedback that we've got from some of the people in Amritsar is that ki products ne original use kar de hege aur jehde original product da effect hega oh naturally pata chal janda hai, so the products are very very original, in fact ki internationally buy kitte gaye ne products sare, so yeah, and the cost despite of all these services the cost is still very reasonable considering. Ji, so obviously je koi ja ke haan ji kehnda hai te fir oda vi koi fark pauga. Definitely. So anybody who takes a reference of Radio Hanji will get an additional 10% discount on their total service. Please ek cheez da dhyan rakhiyo, tanu radio naal kehna pehna, kalla ja ke haan ji na kehna, haan ji unna vi kehna haan ji. Chalo anyway, please ek cheez da tusi naal di naal dhyan rakho ke eh sirf te sirf eh ladies de layi nahi hai, gents vi hai jinu apa unisex kehne hai. So ਜੈਂਟਸ ਦਾ ਵਾਲ ਹੀ ਕਟਾਉਣੇ ਹੁੰਦੇ ਆ ਜੀ, ਉਹ ਫਿਰ ਹੋਰ ਵੀ ਕੋਈ ਸਰਵਿਸਿਜ਼ ਹੁੰਦੀਆਂ ਨੇ? ਯੂ ਵੁੱਡ ਨਾਟ ਬਿਲੀਵ, ਅੱਜ ਕੱਲ੍ਹ ਜਿੰਨੀਆਂ ਸਰਵਿਸਿਜ਼ ਲੇਡੀਜ਼ ਲੈ ਰਹੀਆਂ ਉਨੀਆਂ ਸਰਵਿਸਿਜ਼ ਜੈਂਟਸ ਵੀ ਲੈ ਰਹੇ ਨੇ, ਸੋ ਆਈ ਥਿੰਕ ਥੋੜ੍ਹੀ ਅਵੇਅਰਨੈਸ ਜ਼ਿਆਦਾ ਹੋ ਗਈ ਹੈ, ਮੈਨੀਕਿਉਰ ਪੈਡੀਕਿਉਰ ਤੋਂ ਲੈ ਕੇ ਯੂ ਨੋ ਆਈ ਯੂ ਵਿਲ ਪ੍ਰੋਬਬਲੀ ਲਾਫ ਐਟ ਦਿਸ, ਬਟ ਜਿਹੜਾ ਗਰੂਮ ਮੇਕਅਪ ਹੁੰਦਾ ਹੈ ਜਾਂ ਗਰੂਮ ਦੀਆਂ ਪ੍ਰੀ ਯੂ ਨੋ ਵੈਡਿੰਗ ਸਰਵਿਸਿਜ਼ ਹੁੰਦੀਆਂ ਨੇ, ਉਹ ਤੱਕ ਵੀ ਮਤਲਬ ਕਿ ਸਾਰੀਆਂ ਅਵੇਲੇਬਲ ਹੈਗੀਆਂ ਨੇ, and again at very reasonable prices and at very hygienic place, let's put it that way. Kya baat hai, so oh sara kuch ji jo tuhanu lag reha hai ke matlab husband wife je challe ho tusi tusi dono jane ja sakde ho, dono jane vadhiya apna makeup kara sakde ho, to fir gents da thoda sasta hunda ji. I think compared to females, yes, there is a bit of difference. And yes, it's definitely a total family salon. So kids please, as well, yes. Haan, bilkul bachiyan da vi aur naal di naal ik wari zarur ja ke aayo aur tonu main lagda ke nirash tusi nahi hoge. Simrat, agar main kuch miss kar gaya hoon tusi kuch dassna chahunda please. I think no, we've pretty much covered it all. Oh, I do actually want to mention ki Vibrosan bare je koi zyada interested hai, especially about weight loss, ਤਾਂ ਅਸੀਂ ਵੇਟ ਸਕੇਲਸ ਉੱਥੇ ਰੱਖੇ ਹੋਏ ਨੇ, ਜਿਹੜੇ ਵੇਟ ਲੋਸ ਲਈ ਉਹਨੂੰ ਸੈਸ਼ਨ ਨੂੰ ਲੈਂਦੇ ਨੇ ਉਹ ਆਪਣਾ ਵੇਟ ਪਹਿਲਾਂ ਚੈੱਕ ਕਰ ਸਕਦੇ ਨੇ, ਐਂਡ ਸੈਸ਼ਨ ਲੈਣ ਤੋਂ ਬਾਅਦ ਚੈੱਕ ਕਰ ਸਕਦੇ ਨੇ, ਦੇ ਲੂਜ਼ ਐਨੀਵੇਅਰ ਬਿਟਵੀਨ ਹਾਫ ਅ ਕਿਲੋ ਟੂ 800 grams ਇਨ ਈਚ ਸਿਟਿੰਗ, ਇਹ ਅਸੀਂ ਗਾਰੰਟੀ ਦਿੰਦੇ ਹਾਂ। ਸੌਰੀ, ਪਰ ਇਹਦਾ ਕੋਈ ਸਾਈਡ ਇਫੈਕਟ, ਕਿਉਂਕਿ ਦੇਰ ਇਜ਼ ਨੋ ਸਾਈਡ ਇਫੈਕਟ, ਨੋ ਸਾਈਡ ਇਫੈਕਟ ਵਟਸੋਐਵਰ, ਹਾਊਐਵਰ ਜਿਹੜੇ ਕੋਈ ਕਲਾਇੰਟਸ ਹੈਗੇ ਨੇ ਜਿਨ੍ਹਾਂ ਨੂੰ ਕਿ ਹਾਰਟ ਦੀਆਂ ਪ੍ਰੋਬਲਮਸ ਨੇ, ਜਿੱਦਾਂ ਕਿ ਵੈਲਵ ਪਿਆ ਹੋਇਆ ਜਾਂ ਬਲੱਡ ਥਿਨਰਸ 'ਤੇ ਨੇ, ਉਹ ਥੋੜ੍ਹਾ ਜਿਹਾ ਧਿਆਨ ਰੱਖਣ, ਕਿਉਂਕਿ ਇਹਦੇ ਨਾਲ ਜਿਹੜਾ ਬਲੱਡ ਸਰਕੂਲੇਟ ਹੋ ਰਿਹਾ ਹੈ ਉਹ ਥੋੜ੍ਹਾ ਖੂਨ ਵੀ ਪਤਲਾ ਹੁੰਦਾ ਹੈ, ਐਂਡ ਦੇ ਜਸਟ ਹੈਵ ਟੂ ਬੀ ਅ ਲਿਟਲ ਕੇਅਰਫੁਲ, ਬਟ ਅਦਰ ਦੈਨ ਦੈਟ ਦੇਰ ਇਜ਼ ਨੋ ਸਾਈਡ ਇਫੈਕਟ ਟੂ ਯੂ ਨੋ ਅ ਨੋਰਮਲ ਹੈਲਦੀ ਪਰਸਨ। ਜੀ, ਸੋ ਆਸ ਕਰਦੇ ਹਾਂ ਦੋਸਤੋ ਕਿ ਤੁਸੀਂ ਇੱਕ ਵਾਰੀ ਜ਼ਰੂਰ ਜਾਓਗੇ, ਟਰਾਈ ਕਰਕੇ ਆਓਗੇ। ਸੋ ਅੰਮ੍ਰਿਤਸਰ ਦੇ ਵਿੱਚ ਆ ਜੀ, ਔਰ ਬਹੁਤ ਵਧੀਆ ਸਰਵਿਸ ਤੁਹਾਨੂੰ ਦੇ ਰਿਹਾ, ਬਹੁਤ ਵਾਜਬ ਜੇ ਪ੍ਰਾਈਜ਼ ਆ। ਸਾਡੀ ਪਹਿਲਾਂ ਵੀ ਆਫ ਦਾ ਜੇ ਆਪਾਂ ਕਹੀਏ ਰੇਡੀਓ ਵੀ ਗੱਲਬਾਤ ਹੋ ਰਹੀ ਸੀ, ਅਤੇ ਜਿੰਨੇ ਕਿ ਇਹਨਾਂ ਨੇ ਮੈਨੂੰ ਪ੍ਰਾਈਜ਼ ਦੱਸਿਆ, ਮੈਨੂੰ ਲੱਗ ਰਿਹਾ ਕਿ ਉਹ ਤੁਹਾਡਾ ਬੜੇ ਆਰਾਮ ਦੇ ਨਾਲ ਇੱਥੋਂ 30 ਤੋਂ ਲੈ ਕੇ 50-60 dollars ਤੱਕ ਸਰ ਜਾਂਦਾ, ਜਿਹੜਾ ਕਿ ਆਪਾਂ ਨੂੰ ਇੱਥੇ ਹੀ ਨਹੀਂ ਸਰਦਾ। ਸੋ 19 dollars ਦੇ ਵਿੱਚ ਬੜੀ ਵਧੀਆ ਸਰਵਿਸ ਜਿਹੜੀ ਆ ਤੁਹਾਨੂੰ ਪ੍ਰੋਵਾਈਡ ਕਰਾ ਰਿਹਾ। ਇੱਕ ਵਾਰੀ ਨੰਬਰ ਤੁਸੀਂ ਨੋਟ ਕਰ ਲਓ ਇਹਨਾਂ ਦਾ, 0183 ਯਾਨੀ ਕਿ 0183 501-774-6 501-774-6 ਇਹ ਨੰਬਰ ਆ। ਐਡਰੈਸ ਤੁਸੀਂ ਨੋਟ ਕਰ ਸਕਦੇ ਹੋ, 117 SCO 117B block ਰਣਜੀਤ ਐਵੀਨਿਊ, ਨਾਲੇ ਰਣਜੀਤ ਐਵੀਨਿਊ ਜਾਓਗੇ ਵਿਸ਼ਾਲ ਮੈਗਾ ਮਾਰਟ, ਉੱਥੇ ਨੇੜੇ ਤੇੜੇ ਗੋਲ ਗੱਪੇ ਬਥੇਰਾ ਕੁਛ ਉੱਥੇ ਮਿਲਦਾ, ਨਾਲੇ ਉਹ ਖਾ ਪੀ ਲਿਓ ਅਤੇ ਪਹਿਲਾਂ ਭਾਰ ਵੀ ਘਟਾ ਲਿਓ, ਨਾਲ ਕੁਲਚੇ ਵਾਲੇ ਵੀ ਹੈਗੇ ਆ, ਬੜਾ ਕੁਝ ਹੈਗਾ ਉਹਨੇ ਕੇ ਏਰੀਏ ਦੇ ਵਿੱਚ, ਉਹ ਤਾਂ ਮਤਲਬ ਸ਼ਾਹਕਾਰ ਮਾਰਕੀਟ ਆ। ਸੋ ਰਣਜੀਤ ਐਵੀਨਿਊ ਦੇ ਵਿੱਚ ਮੈਗਾ ਮਾਰਟ, ਵਿਸ਼ਾਲ ਮੈਗਾ ਮਾਰਟ ਦੇ ਨੇੜੇ ਆ। ਸੋ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਕੇ ਆਇਓ, ਰੇਡੀਓ ਹਾਂਜੀ ਰੈਫਰੈਂਸ ਦੇ ਉੱਤੇ ਤੁਹਾਡੇ ਲਈ ਡਿਸਕਾਊਂਟ ਅਵੇਲੇਬਲ ਹੈਗਾ, ਅਗਰ ਤੁਸੀਂ ਰੇਡੀਓ ਹਾਂਜੀ ਜਾ ਕੇ ਕਹਿੰਦੇ ਹੋ, ਨਾਲੇ ਕਿਉਂ ਜ਼ਰੂਰ ਇੱਕ ਦੋ ਵਾਰੀ ਵੈਸੇ ਹੀ ਕਹਿ ਦਿਓ ਰੇਡੀਓ ਹਾਂਜੀ। ਸੋ ਲੈਂਦੇ ਹਾਂ ਸਿਮਰ ਜੀ ਫਿਰ ਇਜਾਜ਼ਤ, ਥੈਂਕ ਯੂ ਵੈਰੀ
ਵੈਰੀ ਮੱਚ ਤੁਹਾਡਾ ਤੁਸੀਂ ਆ ਕੇ ਗੱਲਬਾਤ ਕੀਤੀ ਤੇ ਕੋਸ਼ਿਸ਼ ਕਰਾਂਗੇ ਕਿ ਜਦੋਂ ਤੁਸੀਂ ਵੀ ਉੱਥੇ ਹੁੰਦੇ ਹੋ ਜਾਂ ਕੋਈ ਤੁਹਾਡਾ ਸਟਾਫ ਮੈਂਬਰ ਆਉਣ ਵਾਲੇ ਦਿਨਾਂ 'ਚ ਉਹਨਾਂ ਦੇ ਨਾਲ ਵੀ ਕੋਈ ਗੱਲਬਾਤ ਕਰਦੇ ਹਾਂ, ਕੋਈ ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਜਾ ਰਿਹਾ ਉਹਦੇ ਬਾਰੇ ਵੀ ਗੱਲਬਾਤ ਜ਼ਰੂਰ ਕਰਾਂਗੇ, ਠੀਕ ਹੈ? ਡੈਫੀਨੇਟਲੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਜੀ। ਸੋ ਦੋਸਤੋ, ਇਹ ਸਨ ਸਿਮਰਤ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸਾਂ। ਸੋ ਵਾਈਬ੍ਰੋਸਨ ਸਲੂਨ ਹੁਣ ਖੁੱਲ੍ਹ ਚੁੱਕਿਆ ਹੈ ਜੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ। ਸੋ ਨਾ ਸਿਰਫ ਅੰਮ੍ਰਿਤਸਰ ਬਲਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਸਿਟੀਜ਼ ਦੇ ਵਿੱਚ, ਪੰਜਾਬ ਦੇ ਵਿੱਚ ਇਹਨਾਂ ਦਾ ਪਲਾਨ ਹੈ, ਖੁੱਲ੍ਹਣ ਜਾ ਰਿਹਾ ਨੌਰਥ ਇੰਡੀਆ ਦੇ ਵਿੱਚ। ਤੋ ਆਸ ਕਰਦੇ ਹਾਂ ਇੱਕ ਵਧੀਆ ਹੁੰਗਾਰਾ ਜਿਹੜਾ ਇਹਨਾਂ ਨੂੰ ਮਿਲੂਗਾ ਅਗਰ ਇਹ ਵਧੀਆ ਸਰਵਿਸ ਦਿੰਦੇ ਆ। ਤੁਸੀਂ ਸਾਨੂੰ ਫੀਡਬੈਕ ਜ਼ਰੂਰ ਦਿਓ ਅਗਰ ਤੁਸੀਂ ਜਾਣਦੇ ਹੋ ਤੁਹਾਨੂੰ ਲੱਗਦਾ ਹੈ ਕਿ ਆਹ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ, ਜ਼ਰੂਰ ਦਿਓ ਤਾਂ ਕਿ ਆਪਾਂ ਇਹਨਾਂ ਤੱਕ ਪਹੁੰਚਦੀਆਂ ਕਰ ਸਕੀਏ ਔਰ ਇਹ ਉਹਦੇ ਅਕੋਰਡਿੰਗਲੀ ਕੁਛ ਚੇਂਜਸ ਹੋਰ ਕਰਕੇ ਹੋਰ ਤੁਹਾਨੂੰ ਵਧੀਆ ਅਤੇ ਵਧੇਰੇ ਸਰਵਿਸ ਜਿਹੜੀ ਆ ਦੇ ਸਕਣ, ਜਿਸ ਤਰ੍ਹਾਂ ਕਿ ਇਸ ਵਕਤ ਦਾਵਾ ਇਹਨਾਂ ਦਾ ਕੀਤਾ ਜਾ ਰਿਹਾ ਕਿ ਵਧੀਆ ਸਰਵਿਸ ਆ। ਇੱਕ ਵਾਰੀ ਟਰਾਈ ਕਰਨਾ, ਸੋ ਵਧੀਆ ਸਰਵਿਸ ਨੂੰ ਜ਼ਰੂਰ ਬਣਦਾ। ਮੈਂ ਲੈਣਾ ਤੁਹਾਡੇ ਕੋਲ ਇਜਾਜ਼ਤ, ਜਾਂਦੇ ਜਾਂਦੇ SCO 117 ਬੀ ਬਲੋਕ ਰਣਜੀਤ ਐਵਨਿਊ ਨੀਅਰ ਵਿਸ਼ਾਲ ਮੈਗਾ ਮਾਰਟ। ਸੋ ਵੈਬਸਨ ਸਲੂਨ ਆਪ ਵੀ ਜਾਓ, ਬੱਚੋਂ ਕੋ ਵੀ ਲੈ ਕੇ ਜਾਓ, ਬੀਵੀ ਕੋ ਤਾਂ ਜ਼ਰੂਰ ਲੈ ਕੇ ਜਾਓ ਅਤੇ ਖੁਸ਼ ਖੁਸ਼ ਇੰਡੀਆ ਤੋਂ ਆਓ। ਰੇਡੀਓ ਹਾਂਜੀ 1674 AM।